ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਪਰ ਬਹੁਤ ਹੀ ਖਾਸ ਇੱਕ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪਾਥਵੇ ਪ੍ਰੋਗਰਾਮ ਹੈ, ਤੁਸੀਂ ਹੋਰ ਕਈ ਵੀਡੀਓਜ਼ ਦੇ ਵਿੱਚ ਪਾਥਵੇ ਪ੍ਰੋਗਰਾਮਸ ਬਾਰੇ ਸੁਣਿਆ ਹੋਏਗਾ, ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਤੁਸੀਂ ਇੰਡੀਆ ਤੋਂ ਹੀ ਪਾਥਵੇ ਪ੍ਰੋਗਰਾਮ ਕਿਵੇਂ ਲੈਣਾ ਹੈ। ਸਟਾਰਟਿੰਗ ਵਿੱਚ ਤੁਸੀਂ ਕੁਝ ਮਹੀਨੇ ਪੜ੍ਹਾਈ ਇੰਡੀਆ ਦੇ ਵਿੱਚ ਕਰਨੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਸਟੱਡੀ ਵੀਜ਼ਾ 'ਤੇ। ਕੀ ਕੀ ਫਾਇਦੇ ਨੇ, ਕੀ ਇਸਦਾ ਪੂਰਾ ਪ੍ਰੋਸੈਸ ਹੈ, ਇਸਦੇ ਬਾਰੇ ਕਈ ਪੁਆਇੰਟਸ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਗੌਰ ਨਾਲ ਸਾਰੇ ਸਟੂਡੈਂਟ ਜ਼ਰੂਰ ਸੁਣਨ ਅੱਜ ਦੀ ਇਹ ਵੀਡੀਓ ਤਾਂ ਕਿ ਤੁਸੀਂ ਸਮਝ ਸਕੋ ਕਿ ਕਿਵੇਂ ਇੱਕ ਤਾਂ ਇਸ ਦੇ ਨਾਲ ਤੁਹਾਡੇ ਵੀਜ਼ਾ ਦੀ ਗਰੰਟੀ ਵੱਧ ਜਾਂਦੀ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਹੋਰ ਕਿਹੜੇ ਬੈਨੀਫਿਟ ਮਿਲ ਸਕਦੇ ਨੇ, ਇਹ ਵੀ ਅੱਜ ਤੁਹਾਨੂੰ ਜ਼ਰੂਰ ਦੱਸਾਂਗੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਇਸ ਪਾਥਵੇ ਪ੍ਰੋਗਰਾਮ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਾਂ ਮੈਮ, ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਕੱਲ੍ਹ ਅਸੀਂ ਜਿਵੇਂ ਦੇਖ ਹੀ ਰਹੇ ਹਾਂ ਕਿ ਸਟੂਡੈਂਟਸ ਦੇ ਸਵਾਲ ਬਹੁਤ ਜ਼ਿਆਦਾ ਹੈ, ਕਿਉਂਕਿ ਥੋੜ੍ਹਾ ਸਟ੍ਰਿਕਟ ਅਸੀਂ ਜ਼ਰੂਰ ਦੇਖਦੇ ਹਾਂ ਆਸਟ੍ਰੇਲੀਆ ਨੂੰ ਹਮੇਸ਼ਾ ਤੋਂ ਹੀ, ਪਰ ਜਿਹੜਾ ਅੱਜ ਆਪਾਂ ਪਾਥਵੇ ਪ੍ਰੋਗਰਾਮ ਦੀ ਗੱਲ ਕਰਨ ਜਾ ਰਹੇ ਹਾਂ, ਸਪੈਸ਼ਲੀ ਕੁਝ ਮਹੀਨੇ ਜਿਹੜੀ ਇੰਡੀਆ ਵਿੱਚ ਹੀ ਸਟੱਡੀ ਕਰਨੀ ਹੈ, ਤਾਂ ਇਸ ਪ੍ਰੋਗਰਾਮ ਦੇ ਕੀ ਬੈਨੀਫਿਟਸ ਨੇ, ਕਿਹੜੇ ਕਿਹੜੇ ਸਟੂਡੈਂਟਸ ਨੂੰ ਇਸ ਪ੍ਰੋਗਰਾਮ ਦਾ ਫਾਇਦਾ ਟਾਈਮਲੀ ਲੈ ਲੈਣਾ ਚਾਹੀਦਾ, ਔਰ ਐਡਮਿਸ਼ਨ ਦੀ ਗੱਲ ਕਰੀਏ, ਪ੍ਰੋਸੈਸ ਸਟਾਰਟ ਕਰਨ ਦੀ ਗੱਲ ਕਰੀਏ, ਤਾਂ ਕਦੋਂ ਸਟੂਡੈਂਟ ਨੂੰ ਆਪਣਾ ਸੀਰੀਅਸਲੀ ਸਾਰੀ ਚੀਜ਼ਾਂ ਸਮਝਦੇ ਹੋਏ ਪ੍ਰੋਸੈਸ ਸ਼ੁਰੂ ਕਰ ਦੇਣਾ ਚਾਹੀਦਾ? ਦੇਖੋ ਹਰਜੋਤ, ਹਰ ਸਟੂਡੈਂਟ ਇਸ ਟਾਈਮ ਆਸਟ੍ਰੇਲੀਆ ਜਾਣ ਦਾ ਚਾਹਵਾਨ ਜੀ। ਪਹਿਲੇ ਨੰਬਰ 1 ਕੰਟਰੀ ਆਉਂਦੀ ਸੀ ਕੈਨੇਡਾ, ਟੋਪ ਆਫ ਦ ਵਰਲਡ, ਜਿਹੜੀ ਪੰਜਾਬ ਵਾਸਤੇ, ਕਿਉਂਕਿ ਵੈਸੇ ਤਾਂ ਜੇ ਦੇਖਿਆ ਜਾਏ ਓਵਰਆਲ USA ਰਹਿੰਦੀ ਹੈ, ਬਟ ਪੰਜਾਬ ਵਾਸਤੇ ਕੈਨੇਡਾ ਰਹਿੰਦੀ ਸੀ, ਬਟ ਇਸ ਟਾਈਮ ਓਵਰਆਲ ਹੀ ਆਸਟ੍ਰੇਲੀਆ ਟੋਪ ਆਫ ਚੋਇਸ ਹੋ ਰਹੀ ਹੈ ਨੌਰਥ ਵਾਸਤੇ। ਪ੍ਰੋਬਲਮ ਇਹ ਹੈ ਕਿ ਜਦ ਜੋ ਇਹਨਾਂ ਨੇ ਵੀਜ਼ਾ ਦੇਣਾ, ਉਸ ਤੋਂ ਬਹੁਤ ਜ਼ਿਆਦਾ ਬੱਚੇ ਅਪਲਾਈ ਕਰ ਰਹੇ ਹੈ, ਅਤੇ ਇਹਨਾਂ ਦਾ ਆਪਦਾ ਕੋਈ ਕੰਟਰੋਲ ਨਹੀਂ ਰਹਿ ਰਿਹਾ ਸੀਗਾ, ਇਸ ਕਾਰਨ ਇਹਨਾਂ ਨੇ ਥੋੜ੍ਹਾ ਜਿਹਾ ਉਹਨੂੰ ਕਾਫੀ ਸਟ੍ਰੀਮਲਾਈਨ ਕੀਤਾ, ਵੀਜ਼ੇ ਵੀ ਕੱਟ ਕੀਤੇ ਆ। ਹੁਣ ਜੇ 35% ਵੀਜ਼ਾ ਰਿਡਿਊਸ ਕੀਤਾ, ਹੁਣ ਜਿਹੜੇ ਬੱਚੇ ਹੈ 23 ਪਾਸ ਆਊਟ ਹੈ, ਉਹਨਾਂ ਦੀ ਜਾਂ GT ਕਲੀਅਰ ਨਹੀਂ ਹੋ ਰਹੀ ਜਾਂ ਫੰਡਸ ਨਹੀਂ ਅਜੇ ਮੈਨੇਜ ਕਰ ਸਕੇ ਸੀ, ਆਇਲਸ ਨਹੀਂ ਕਰ ਸਕੇ ਸੀ, ਕੋਈ ਨਾ ਕੋਈ ਵਜ੍ਹਾ ਨਾਲ ਉਹਨਾਂ ਦੀ ਰੁਕਾਵਟ ਬਣੀ ਹੈ, ਅਤੇ ਉਹਨਾਂ ਦੇ ਵਾਸਤੇ ਜਾਣ ਦਾ ਹੋਰ ਕੋਈ ਤਰੀਕਾ ਨਹੀਂ, ਖਾਲੀ ਇੱਕੋ ਹੀ ਤਰੀਕਾ ਜਿਹੜਾ ਕਿ ਪਾਥਵੇ ਪ੍ਰੋਗਰਾਮ। ਪਾਥਵੇ ਪ੍ਰੋਗਰਾਮ ਅਸੀਂ ਜਾਂ ਤਾਂ ਅਬਰੋਡ ਤੋਂ ਲੈ ਸਕਦੇ ਹਾਂ 1 year ਪੜ੍ਹ ਕੇ, ਜਾਂ ਇੰਡੀਆ ਦੇ ਵਿੱਚ ਜਿਹੜਾ 11 ਮਾਰਚ ਨੂੰ ਹੁਣ ਸ਼ੁਰੂ ਹੋ ਰਿਹਾ, 11 ਮਾਰਚ 2024, ਟਾਈਮ ਬਹੁਤ ਘੱਟ ਰਹਿ ਗਿਆ ਤੁਹਾਡੇ ਕੋਲ ਐਡਮਿਸ਼ਨ ਵਾਸਤੇ। ਉਹਦੇ ਵਿੱਚ ਜਿਹੜੀ ਹੈ ਤੁਸੀਂ ਜੇ ਆਰਟਸ ਤੋਂ ਕੀਤੀ ਹੈ, ਕੋਈ ਮਰਜ਼ੀ ਕੀਤੀ ਹੈ, ਕਿਉਂਕਿ ਯੂਨੀਵਰਸਿਟੀਆਂ ਆਰਟਸ ਵਾਲੇ ਬੱਚੇ ਵੀ ਨਹੀਂ ਲੈ ਰਹੀਆਂ ਔਰ ਵੀਜ਼ਾ ਵੀ ਘੱਟ ਆ ਰਿਹਾ, ਤਾਂ ਤੁਸੀਂ ਪਾਥਵੇ ਪ੍ਰੋਗਰਾਮ ਜੇ ਲੈ ਲੈਂਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਈਜ਼ੀ ਹੈ, ਕਿਉਂਕਿ ਆਸਟ੍ਰੇਲੀਅਨ ਯੂਨੀਵਰਸਿਟੀ ਦੀ ਜਿਹੜੀ 1 year ਦੀ ਪੜ੍ਹਾਈ ਹੈ, ਉਹ ਤੁਸੀਂ 6 to 8 months ਇੰਡੀਆ 'ਚ ਕੰਪਲੀਟ ਕਰ ਰਹੇ ਹੋ, ਅੱਧੀ ਫੀਸ 'ਚ ਕੰਪਲੀਟ ਕਰ ਰਹੇ ਹੋ, ਜਿਹੜੀ ਫੀਸ ਉੱਥੇ ਪੇ ਕਰੋਗੇ ਉਸ ਤੋਂ ਅੱਧੀ ਫੀਸ। ਸੈਕਿੰਡ ਫਾਇਦਾ ਕੀ ਹੈ, ਜਿਹੜੀ ਫੀਸ ਤੁਸੀਂ ਇੱਥੇ ਪੇ ਕਰ ਰਹੇ ਹੋ, ਉਨੀ ਕੁ ਹੀ ਫੀਸ ਤੁਸੀਂ ਆਸਟ੍ਰੇਲੀਆ ਜਾ ਕੇ ਪੇ ਕਰ ਰਹੇ ਹੋ, ਇਹ ਨਹੀਂ ਕਿ ਉੱਥੇ ਪੂਰੀ ਫੀਸਾਂ ਪੇ ਕਰਨੀ ਹੈ, ਬਿਕੋਜ਼ ਯੂ ਆਰ ਐਕਸੈਪਟਿਡ ਫੋਰ ਦਾ ਸੇਮ ਪ੍ਰੋਗਰਾਮ, ਤੁਸੀਂ ਸੇਮ ਪ੍ਰੋਗਰਾਮ 'ਚ ਹੋ ਔਰ ਤੁਹਾਨੂੰ ਫੀਸ ਦੀ ਕਾਫੀ ਸਕੋਲਰਸ਼ਿਪ ਲੱਗ ਗਈ ਆ। ਠੀਕ ਹੈ, ਹੁਣ ਜਿਹੜਾ ਟਾਈਮ ਤੁਹਾਡੇ ਕੋਲ ਹੈ 6 ਮਹੀਨੇ, ਤੁਸੀਂ 2 semester ਕਰ ਰਹੇ ਹੋ 6 ਮਹੀਨੇ ਦੇ ਵਿੱਚ ਔਨਲਾਈਨ, ਉਹੀ ਟੀਚਰਸ ਜਿਹੜੇ ਉੱਥੇ ਦੀ ਯੂਨੀਵਰਸਿਟੀਆਂ ਦੇ ਹੈ, ਔਰ ਬਹੁਤ ਸਾਰੀ ਯੂਨੀਵਰਸਿਟੀਆਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਾਰਟੀਸਪੇਟਿੰਗ ਹੈ, ਉਹੀ ਪ੍ਰੋਫੈਸਰਸ ਉਹੀ ਟੀਚਰ ਤੁਹਾਨੂੰ ਪੜ੍ਹਾ ਰਹੇ ਹੈ, ਤੁਸੀਂ ਜਦ ਮਰਜ਼ੀ ਉਹਨਾਂ ਨੂੰ ਮਤਲਬ ਔਨਲਾਈਨ ਲੈ ਸਕਦੇ ਹੋ ਔਰ ਉਹਨਾਂ ਤੋਂ ਗੱਲਬਾਤ ਕਰ ਸਕਦੇ ਹੋ ਕਿ ਜਿਹੜੀ ਜਿਹੜਾ ਸਿਸਟਮ 'ਚ ਤੁਸੀਂ ਉੱਥੇ ਪੜ੍ਹਨਾ ਸੀ ਉਹਦੇ ਤੁਸੀਂ ਇੱਥੇ ਫੈਮਿਲੀਅਰ ਹੋ ਗਏ ਜਦ ਤੱਕ ਤੁਸੀਂ ਪੜ੍ਹ ਰਹੇ ਹੋ, ਕਿਉਂਕਿ ਇਹਨਾਂ ਦੀ ਜਿਹੜੀ ਪੜ੍ਹਾਈ ਹਫ਼ਤੇ 'ਚ 16 ਕੁ ਘੰਟੇ ਇੰਨੀ ਕੀ ਹੁੰਦੀ ਹੈ, ਕੋਈ ਬੜਾ ਪ੍ਰੈਸ਼ਰ ਨਹੀਂ ਹੁੰਦਾ, ਅਤੇ ਤੁਹਾਡੇ ਕੋਲ ਟਾਈਮ ਹੈ ਆਇਲਸ ਕਰਨ ਦਾ ਵੀ, ਤੁਸੀਂ ਆਇਲਸ ਅੱਛੇ ਬੈਂਡ ਨਾਲ ਕਰ ਸਕਦੇ ਹੋ, ਰੀਜ਼ਨ ਬਿੰਗ ਤੁਹਾਨੂੰ ਟਾਈਮ ਮਿਲ ਗਿਆ, ਤੁਹਾਡਾ ਗੈਪ ਨਹੀਂ ਪੈ ਰਿਹਾ, ਜਿਹੜਾ ਪਹਿਲੇ ਗੈਪ ਪੈਣਾ ਸੀਗਾ ਹੁਣ ਕੋਈ ਗੈਪ ਨਹੀਂ ਹੈ, ਬਿਕੋਜ਼ ਯੂ ਆਲਰੇਡੀ ਟੁੱਕ ਦਾ ਐਡਮਿਸ਼ਨ ਇਨ ਦਾ ਆਸਟ੍ਰੇਲੀਅਨ ਯੂਨੀਵਰਸਿਟੀ, ਅਤੇ ਤੁਸੀਂ ਉਹਨਾਂ ਦੇ 2 semester ਕਰ ਰਹੇ ਹੋ, ਤੁਹਾਡਾ ਕੋਈ ਗੈਪ ਨਹੀਂ ਹੈ, ਹੁਣ ਤੁਸੀਂ ਆਇਲਸ ਵੀ ਕਰ ਰਹੇ ਹੋ ਔਰ ਤੁਹਾਡੇ ਪੇਰੈਂਟਸ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜਾ ਵੀ ਲੋਨ ਕਰਾਉਣਾ ਜਾਂ ਆਪ ਦਿਖਾਉਣੇ ਆ, ਓਲਡ ਕਰਨੇ ਆ, ਉਹ ਸਾਰਾ ਕਰ ਸਕਦੇ ਆ। ਹੁਣ ਅੰਬੈਸੀ ਦੇ ਵਾਸਤੇ ਜਿਹੜਾ, ਕਿਉਂਕਿ ਤੁਸੀਂ ਸੇਮ ਯੂਨੀਵਰਸਿਟੀ ਦੇ 2 semester ਇੱਥੇ ਕਰ ਲਏ ਹੈ, ਤਾਂ ਵੀਜ਼ਾ ਤੁਹਾਡਾ 100% ਜਿਹੜਾ, ਮਤਲਬ ਆਲਮੋਸਟ ਵੀਜ਼ਾ ਆ ਹੀ ਜਾਂਦਾ, 1% ਆਪਾਂ ਮੰਨ ਕੇ ਚੱਲਦੇ ਹਾਂ ਨਹੀਂ ਆ ਰਿਹਾ, ਤਾਂ ਤੁਹਾਡੀ ਫੀ ਰਿਫੰਡ
वन ईयर जिन्होंने मतलब वन ईयर की पढ़ाई 6 महीने च कराई तो तुसी ये सोचो उन्हों का किन्ना लॉस है जो तुहानू फी रिफंड कर रहे हैं। दैट मीनस कि तुहाडा वीज़ा लगना है ता ही वो तुहानू फी रिफंड दी तुहाडी शोरटी वास्ते गारंटी दे रहे हैं कि तुहाडा तो वीज़ा लग जाना है। वीज़ा लग गया तो नैचुरल है कि तुहाडी 1 साल की फीस तुहाडी यूज़ हो गई है तुहाडे विच। तो इट्स अ बिग अपरचुनिटी, गुड अपरचुनिटी। अज तक मैं इदा का कोई पाथवे प्रोग्राम नहीं देखा। वेरी ब्यूटिफुल अपरचुनिटी फॉर यू। बिल्कुल सही है। सो टाइमली स्टूडेंट्स नूं जरूर अपना सारा प्रोसेस समझते हुए शुरू कर लेना चाहिए। मैम इसके लिए कोई डेडलाइन भी है कदों तक? मैं दस्या कि 11 मार्च डेडलाइन है जब तक एडमिशन लैके। सपोज बच्चा केड़ी स्ट्रीम का आ रहा साढ़े को, उस स्ट्रीम के हिसाब न उस यूनिवर्सिटी नाल मैच करना पैंदा है। उन्हां दी फिर एडमिशन होंगी 11 मार्च तो क्लासेस शुरू होनी है, उस तो पहले एडमिशन होना है। एडमिशन ऑलसो टेक सम टाइम, और एडमिशन होने के बाद तुहाडे फिर क्लासेस का टाइम शड्यूल आंदा है। उस टाइम शड्यूल से तुसी क्लासेस स्टार्ट करनी है। फिर तुहाडे पेरेंट्स की काउंसलिंग होंदी है GT दे पेपर्स दे वास्ते कि जब तक तुहाडी पढ़ाई चल रही है तुसी अपने GT दे डॉक्यूमेंट्स तैयार कर सको जिहदे विच वीज़ा दे वास्ते तुहाडा कोई हर्डल, कोई ऑब्सटैकल, कोई भी किसी किस्म की रुकावट ना आए वीज़ा दे वास्ते। जी ठीक है, बिल्कुल। सो तुहानू किसी भी तरह की कोई रुकावट ना आवे और तुसी इस प्रोग्राम का वध तो वध फायदा लै सको, इसलिए असी ये वीडियो बनाई है। सो अगो तुहाडी भी ड्यूटी बनती है कि टाइमली तुसी जरूर जो है पूरी इन्फॉर्मेशन लो तुहाडी प्रोफाइल के अकॉर्डिंगली किस तरह के डॉक्यूमेंट्स की जरूरत है, किस तरह का प्रोसैस तुसी फॉलो करना है, क्योंकि 11 मार्च की गल हो रही है तो डेडलाइन 11 मार्च है। तो समा असी देख रहे हैं कि विच हुण घट ही रह गया है। स्टूडेंट्स टाइमली हले भी अगर कोई डाउट है, सवाल है, जिहड़ा नंबर डिस्प्ले है इस उपर करके तुसी पूरी जानकारी जरूर ले सकते हो। बहुत बहुत थैंक्स मैम, मैं पूरी इन्फॉर्मेशन तुसी स्टूडेंट्स नाल सांझी कीती है, और हो सकता है कि वाकई स्टूडेंट्स अवेयर होण इस प्रोग्राम बारे, चंगी तरह समझ के अप्लाई करके फायदा जरूर ले सकते हैं। अगों भी असी इसे तरह नाल होर इन्फॉर्मेटिव वीडियोज़ लैके आते रहेंगे। फिलहाल ही दिओ जी इजाजत। थैंक यू सो मच। थैंक यू।